ਬਾਲੀਵੁੱਡ ਅਦਾਕਾਰਾਂ ਦੇ ਨਾਲ ਪੰਜਾਬੀ ਕਲਾਕਾਰ ਆ, ਇਹ ਕੋਂਬੀਨੇਸ਼ਨ ਯਾਨੀ ਕਿ ਇਹ ਕੋਂਬੋ ਦੇਖਣ ਨੂੰ ਕਾਫੀ ਮਜ਼ੇਦਾਰ ਲੱਗ ਰਿਹਾ। ਜਿੱਥੇ ਕਿ ਇੱਕੋ ਫਰੇਮ ਦੇ ਵਿੱਚ ਪੰਜਾਬੀ ਗਾਇਕਾਂ ਤੇ ਅਦਾਕਾਰਾ ਸੁਨੰਦਾ ਸ਼ਰਮਾ ਨਜ਼ਰ ਆ ਰਹੀ ਹੈ, ਉੱਥੇ ਬਾਲੀਵੁੱਡ ਅਦਾਕਾਰਾ ਨੰਨਿਆ ਪਾਂਡੇ ਦਿਖਾਈ ਦੇ ਰਹੀ ਹੈ। ਸੁਨੰਦਾ ਸ਼ਰਮਾ ਨੇ ਬਾਲੀਵੁੱਡ ਅਦਾਕਾਰਾ ਨੰਨਿਆ ਪਾਂਡੇ ਦੇ ਨਾਲ ਮੁਲਾਕਾਤ ਕੀਤੀ। ਇਸ ਦੀ ਤਸਵੀਰ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ। ਮੁਲਾਕਾਤ ਦਾ ਰੀਜ਼ਨ ਕੀ ਹੈ ਕੁਝ ਨਹੀਂ ਕਿਹਾ ਜਾ ਸਕਦਾ, ਜਾਂ ਦੋਵਾਂ ਦੀ ਵੈਸੇ ਹੀ ਫਾਰਮਲੀ ਮੁਲਾਕਾਤ ਹੋਈ ਹੈ ਜਾਂ ਇਸ ਦੇ ਪਿੱਛੇ ਕੋਈ ਪ੍ਰੋਫੈਸ਼ਨਲ ਰੀਜ਼ਨ ਹੈ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਹੋ ਸਕਦਾ ਹੈ ਕਿ ਸੁਨੰਦਾ ਦੇ ਕਿਸੇ ਗਾਣੇ ਦੇ ਵਿੱਚ ਅਨੰਨਿਆ ਫੀਚਰ ਕਰਦੀ ਹੋਵੇ, ਜਾਂ ਵੀ ਹੋ ਸਕਦਾ ਕਿ ਕਿਸੇ ਬਾਲੀਵੁੱਡ ਪ੍ਰੋਜੈਕਟ ਦੇ ਵਿੱਚ ਸੁਨੰਦਾ ਸ਼ਰਮਾ ਨਜ਼ਰ ਆਏਗੀ, ਪਰ ਇਹ ਸਭ ਸਪੈਕੂਲੇਸ਼ਨ ਹੈ, ਰੀਜ਼ਨ ਅਜੇ ਸਾਹਮਣੇ ਨਹੀਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਕਲੀਅਰ ਹੋ ਜਾਏਗਾ। ਬਾਕੀ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਸੁਨੰਦਾ ਸ਼ਰਮਾ ਬਾਲੀਵੁੱਡ 'ਚ ਜਾਏਗੀ ਤਾਂ ਕਮਾਲ ਹੀ ਕਰੇਗੀ, ਜਾਂ ਅਨੰਨਿਆ ਪਾਂਡੇ ਕਿਸੇ ਪੰਜਾਬੀ ਗਾਣੇ ਦੇ ਵਿੱਚ ਫੀਚਰ ਕਰੇਗੀ, ਉਹ ਵੀ ਦੇਖਣ ਲਾਇਕ ਹੋਏਗਾ। ਸੁਨੰਦਾ ਸ਼ਰਮਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਾਫੀ ਅਰਸੇ ਤੋਂ ਹੈ, ਜਿੱਥੇ ਕਿ ਉਹਨਾਂ ਨੇ ਬਹੁਤ ਸਾਰੇ ਪੰਜਾਬੀ ਗਾਣਿਆਂ ਦੇ ਨਾਲ ਆਪਣੀ ਪਹਿਚਾਣ ਬਣਾਈ ਹੈ, ਤੇ ਉਹਨਾਂ ਦੇ ਗਾਣੇ ਯੂਥ ਵਿੱਚ ਬਹੁਤ ਹੀ ਜ਼ਿਆਦਾ ਸੁਪਰ ਹਿੱਟ ਨੇ। ਪੰਜਾਬੀ ਫਿਲਮਾਂ ਵੀ ਸੁਨੰਦਾ ਸ਼ਰਮਾ ਕਰ ਚੁੱਕੀ ਹੈ। ਉੱਥੇ ਹੀ ਅਨੰਨਿਆ ਪਾਂਡੇ ਦੀ ਗੱਲ ਕੀਤੀ ਜਾਵੇ, ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜੌਹਰ ਦੀ ਫਿਲਮ ਸਟੂਡੈਂਟ ਆਫ ਦਾ ਈਅਰ 2 ਦੇ ਨਾਲ ਸਾਲ 2019 ਦੇ ਵਿੱਚ ਕੀਤੀ ਸੀ। ਸਟਾਰ ਕਿਡ ਦਾ ਪ੍ਰੈਸ਼ਰ ਅਨੰਨਿਆ ਪਾਂਡੇ ਨੂੰ ਹਜੇ ਵੀ ਝੇਲਣਾ ਪੈ ਰਿਹਾ ਤੇ ਹਜੇ ਵੀ ਉਹ ਆਪਣੇ ਆਪ ਨੂੰ ਸਾਬਿਤ ਕਰਨ ਦੇ ਵਿੱਚ ਲੱਗੀ ਹੋਈ ਹੈ। ਹੋਰ ਫਿਲਮਾਂ ਦੀ ਗੱਲ ਕਰੀਏ, ਉਸਦੇ ਵਿੱਚ ਪਤੀ ਪਤਨੀ ਔਰ ਵੋ, ਗਹਿਰਾਈਆਂ, ਡ੍ਰੀਮ ਗਰਲ 2, ਖੋ ਗਏ ਹਮ ਕਹਾਂ, ਲਾਈਗਰ ਤੇ ਖਾਰੀ ਪੀਲੀ ਵਰਗੀਆਂ ਫਿਲਮਾਂ ਸ਼ਾਮਿਲ ਨੇ। ਓ ਟੀ ਟੀ ਦੇ ਵਿੱਚ ਵੀ ਅਨੰਨਿਆ ਪਾਂਡੇ ਆਉਣ ਵਾਲੇ ਸਮੇਂ ਦੇ ਵਿੱਚ ਨਜ਼ਰ ਆਏਗੀ। ਫਿਲਹਾਲ ਤਾਂ ਇਹੀ ਕਿਹਾ ਜਾ ਸਕਦਾ ਕਿ ਸੁਨੰਦਾ ਸ਼ਰਮਾ ਤੇ ਅਨੰਨਿਆ ਪਾਂਡੇ ਦੇ ਵਿੱਚ ਜੋ ਵੀ ਪਾਕ ਰਿਹਾ ਹੈ ਉਹ ਕਾਫੀ ਮਜ਼ੇਦਾਰ ਹੋਏਗਾ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।